ਚੋਰਾਂ ਨੇ ਚੋਰੀ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ। ਕਾਰ ਚੋਰੀ ਕਰਨ ਵਾਲੇ ਇਹ ਚੋਰ ਵੀ ਨਾਨੀ ਤੇ ਦੋਤਿਆਂ ਸਣੇ ਘਰ ਪਜਾ ਕੇ ਲੈ ਗਏ, ਜਿਨ੍ਹਾਂ ਨੂੰ ਬਾਅਦ ਵਿੱਚ 1 ਕਿਲੋਮੀਟਰ ਦੂਰ ਜਾ ਕੇ ਉਤਾਰ ਦਿੱਤਾ ਗਿਆ। ਮਾਮਲਾ ਮੋਗਾ ਤੋਂ ਸਾਹਮਣੇ ਆਇਆ, ਜਿੱਥੇ ਪਤੀ ਪਤਨੀ ਨਾਨੀ ਤੇ ਦੋਤੇ ਗੱਡੀ 'ਚ ਸਵਾਰ ਹੋ ਕੇ ਜਾ ਰਹੇ ਸਨ ਤੇ ਰਾਹ ਦੇ ਵਿੱਚ ਪਤੀ ਪਤਨੀ ਕੋਰੀਅਰ ਕਰਨ ਦੇ ਲਈ ਗੱਡੀ 'ਚੋਂ ਬਾਹਰ ਉਤਰਦੇ ਨੇ, ਪਰ ਨਾਨੀ ਤੇ ਦੋਤੇ ਕਾਰ ਦੇ ਅੰਦਰ ਹੀ ਬੈਠੇ ਰਹਿੰਦੇ ਨੇ। ਇਸੇ ਲਈ ਕਾਰ ਚਾਲਕ ਗੱਡੀ ਨੂੰ ਚਾਲੂ ਹੀ ਰਹਿਣ ਦਿੰਦਾ ਹੈ ਤਾਂ ਜੋ ਬੱਚਿਆਂ ਨੂੰ ਜਾਂ ਨਾਨੀ ਨੂੰ ਕੋਈ ਦਿੱਕਤ ਨਾ ਹੋਵੇ। ਪਤੀ ਪਤਨੀ ਦੋਵੇਂ ਕੋਰੀਅਰ ਕੰਪਨੀ ਦੇ ਬਾਹਰ ਕਾਰ ਲਗਾ ਕੇ ਖੁਦ ਅੰਦਰ ਚਲੇ ਜਾਂਦੇ ਨੇ। ਇਸੇ ਦੌਰਾਨ ਚਾਲੂ ਕਾਰ ਦੇ ਪਿੱਛੇ ਹੀ ਦੋ ਚੋਰ ਆ ਕੇ ਖੜੇ ਹੋ ਜਾਂਦੇ ਨੇ, ਜੋ ਪਹਿਲਾਂ ਤਾਂ ਸਾਫੇ ਕੱਢ ਕੇ ਆਪਣਾ ਮੂੰਹ ਢੱਕਦੇ ਨੇ ਤੇ ਫਿਰ ਦੇਖਦੇ ਹੀ ਦੇਖਦੇ ਦੋਵੇਂ ਪਾਸਿਓਂ ਦਰਵਾਜ਼ੇ ਖੋਲ ਕੇ ਗੱਡੀ 'ਚ ਬੈਠ ਜਾਂਦੇ ਨੇ ਤੇ ਨਾਨੀ ਤੇ ਦੋਤਿਆਂ ਸਣੇ ਘਰ ਭਜਾ ਕੇ ਲੈ ਜਾਂਦੇ ਨੇ। ਪਤੀ ਪਤਨੀ ਜਦੋਂ ਕੋਰੀਅਰ ਦੇ ਦਫ਼ਤਰ ਤੋਂ ਬਾਹਰ ਨਿਕਲਦੇ ਨੇ ਤਾਂ ਸਾਹਮਣੇ ਕਾਰ ਨਾ ਦੇਖ ਕੇ ਉਹਨਾਂ ਦੇ ਹੋਸ਼ ਉੜ ਜਾਂਦੇ ਨੇ। ਦੋਵੇਂ ਤੁਰੰਤ ਪੁਲਿਸ ਨੂੰ ਸ਼ਿਕਾਇਤ ਦਿੰਦੇ ਨੇ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ, ਜਿਸ ਤੋਂ ਬਾਅਦ ਪਤਾ ਲੱਗਦਾ ਹੈ ਕਿ ਇਹ ਚੋਰ ਨਾਨੀ ਤੇ ਦੋਤਿਆਂ ਸਣੇ ਹੀ ਕਾਰ ਭਜਾ ਕੇ ਲੈ ਗਏ ਨੇ। ਤਲਾਸ਼ ਕਰਨ ਤੇ ਵਾਰਦਾਤ ਵਾਲੀ ਥਾਂ ਤੋਂ ਮਹਿਜ਼ 1 ਕਿਲੋਮੀਟਰ ਦੂਰ ਹੀ ਨਾਨੀ ਤੇ ਦੋਤੇ ਸਹੀ ਸਲਾਮਤ ਮਿਲ ਜਾਂਦੇ ਨੇ, ਪਰ ਇਹ ਚੋਰ ਫਰਾਰ ਹੋ ਜਾਂਦੇ ਨੇ। ਉਹਨਾਂ ਨੇ ਦੱਸਿਆ ਕਿ ਦੋ ਚੋਰ ਜਿਨ੍ਹਾਂ ਦੇ ਕੋਲ ਪਿਸਤੌਲ ਵੀ ਸੀ ਉਹ ਕਾਰ ਭਜਾ ਕੇ ਲੈ ਗਏ ਨੇ ਤੇ ਉਹਨਾਂ ਨੂੰ ਸੜਕ ਵਿਚਾਲੇ ਹੀ ਉਤਾਰ ਦਿੱਤਾ ਗਿਆ। ਉਧਰ ਹੀ ਕਾਰ ਚਾਲਕ ਨੇ ਵੀ ਦੱਸਿਆ ਹੈ ਕਿ ਉਹ ਪੱਟੀ ਤੋਂ ਮੋਗਾ ਆਏ ਸਨ, ਜਿੱਥੇ ਰਾਹ ਦੇ ਵਿੱਚ ਕੋਰੀਅਰ ਕਰਨ ਦੇ ਲਈ ਰੁਕੇ ਸਨ ਤੇ ਇਸੇ ਦੌਰਾਨ ਹੀ ਇਹ ਸਾਰੀ ਵਾਰਦਾਤ ਵਾਪਰੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਆਲੇ ਦੁਆਲੇ ਦੇ ਹੋਰ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਚੋਰਾਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਐਡਵੋਕੇਟ ਹਰਿੰਦਰਪਾਲ ਸਿੰਘ ਜਿਹੜੇ ਅੰਮ੍ਰਿਤਸਰ ਤੋਂ ਗਏ ਨਾ ਇੱਥੇ ਮੋਗੇ ਆਏ ਸੀਗੇ, ਮੋਗੇ ਇਹਨਾਂ ਨੇ ਇੱਕ ਪਾਰਸਲ ਦੇਣਾ ਸੀ ਉੱਥੇ ਦੁਕਾਨ ਦੇ ਉੱਪਰ, ਇਹ ਗੱਡੀ ਖੜੀ ਕਰਕੇ ਜਿਹੜੇ ਦੋਏ ਮੀਆਂ ਬੀਬੀ ਉੱਪਰ ਚਲੇ ਗਏ ਪਾਰਸਲ ਦੇਣ ਲਈ, ਪਰ ਜਿਹੜੀ ਵਿੱਚ ਇਹਨਾਂ ਦੀ ਮਾਤਾ ਅਤੇ ਦੋ ਬੱਚੇ ਵਿੱਚ ਰਹਿ ਗਏ ਸੀ। ਉੱਥੇ ਦੋ ਅਨਨੋਨ ਨੌਜਵਾਨ ਖੜੇ ਸੀਗੇ ਜਿਨ੍ਹਾਂ ਨੇ ਇਹਦਾ ਗੱਡੀ ਅਨਲੋਕ ਹੋਣ ਕਰਕੇ ਫਾਇਦਾ ਉਠਾ ਕੇ ਗੱਡੀ ਭਜਾ ਕੇ ਲੈ ਗਏ ਅਤੇ ਗਾਂਹ ਅੱਗੇ ਜਾ ਕੇ ਇਹਨਾਂ ਨੂੰ ਮਾਤਾ ਨੂੰ ਅਤੇ ਬੱਚਿਆਂ ਨੂੰ ਥੱਲੇ ਉਤਾਰ ਦਿੱਤਾ ਅਤੇ ਗੱਡੀ ਲੈ ਕੇ ਫਰਾਰ ਹੋਏ। ਇਹ ਕੋਈ ਅੱਧਾ ਕਿਲੋਮੀਟਰ ਇੱਥੋਂ ਲੈ ਗਏ ਸੀਗੇ, ਪਰ ਫਿਰ ਵੀ ਹੁਣ ਇਹਦੇ ਮਗਰ ਜਿਹੜੀ ਸਾਨੂੰ ਕਾਫੀ ਇਨਪੁਟਸ ਮਿਲ ਰਹੀਆਂ, ਜਿਹੜੀ ਇਹ ਜਲਦੀ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ। ਉਹ ਸਾਡੀਆਂ ਟੀਮਾਂ ਹੈਗੀਆਂ ਕਰੀ ਜਾਂਦੀਆਂ, ਡੇਲੀ ਅਸੀਂ ਕਰਦੇ ਹਾਂ, ਉਹ 'ਚ ਲੱਗੇ ਹੋਏ ਹਾਂ, ਕਰ ਰਹੇ ਹਾਂ ਅਸੀਂ। ਟੋਟਲ ਤਾਂ 5 ਜਾਣੇ ਸੀ, ਪਰ 2 ਜਾਣੇ ਮੀਆਂ ਬੀਬੀ ਉਹ ਜਿਹੜੇ ਉਹਨਾਂ ਦੀ ਵਾਈਫ ਸੀ ਅਤੇ ਉਹ ਆਪ ਪਾਰਸਲ ਲਈ ਉੱਪਰ ਦੁਕਾਨ ਦੇ ਵਿੱਚ ਚਲੇ ਗਏ ਸੀ। ਇਹ ਬਾਹਰ ਉਦੋਂ ਬਾਅਦ ਇਹ ਘਟਨਾ ਹੋਈ।